ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅੱਜ ਮੈਂ ਤੁਹਾਨੂੰ ਲੱਗੀ ਹਾਂ ਆਪਣੇ ਪਪੀਤਿਆਂ ਦੇ, ਮੇਰੇ ਕੋਲ 3 ਬੂਟੇ ਲੱਗੇ ਹੋਏ ਨੇ। ਮੈਂ ਆਪਣੇ ਪਪੀਤਿਆਂ ਦੇ ਬਾਰੇ ਤੁਹਾਨੂੰ ਥੋੜ੍ਹਾ ਜਿਹਾ ਦੱਸਦੀ ਹਾਂ। ਇਹਨਾਂ ਦੀ ਉਮਰ ਜਿਹੜੀ ਹੈਗੀ ਉਹ 4 ਸਾਲ ਦੇ ਹੋ ਚੁੱਕੀ ਆ, ਅਤੇ ਇਹਨਾਂ ਦਾ ਜਿਹੜੀ ਹਾਈਟ ਆ ਲਗਭਗ 11 ਤੋਂ 12 ਫੁੱਟ ਦੇ ਕਰੀਬ ਹੋ ਚੁੱਕੀ ਆ। ਪਿਛਲੇ ਸਾਲ ਵੀ ਇਹਨੂੰ ਇਸੇ ਮੌਸਮ ਦੇ ਵਿੱਚ ਹੀ ਪਪੀਤੇ ਲੱਗੇ ਸੀਗੇ, ਇਸ ਤਰ੍ਹਾਂ ਗੁੱਛਿਆਂ ਦੇ ਵਿੱਚ ਲੱਗਦੇ ਆ। ਇਹ ਦੇਖੋ ਤੁਸੀਂ, ਥੋੜ੍ਹਾ ਹਨੇਰਾ ਹੋ ਗਿਆ ਇਸ ਕਰਕੇ ਸ਼ਾਇਦ ਵੀਡੀਓ ਪੂਰੀ ਕਲੀਅਰ ਨਾ ਦਿਸੇ। ਇਹ ਦੇਖੋ, ਅਤੇ ਸਾਲ ਬਾਅਦ ਇੱਕ ਵਾਰੀ ਇਸ ਤਰ੍ਹਾਂ ਪੂਰਾ ਫਰੂਟ ਲੱਗ 'ਚ ਹਟਦਾ ਆ, ਅਤੇ ਉਸ ਤੋਂ ਬਾਅਦ ਖਤਮ ਹੋ ਕੇ ਫਿਰ ਦੁਬਾਰਾ ਸਾਲ ਬਾਅਦ ਹੁਣ ਇਹ ਇਸ ਮੌਸਮ ਦੇ ਵਿੱਚ ਸਤੰਬਰ ਦੇ ਅਗਸਤ ਦੇ ਲੱਗੇ ਹੋਏ ਆ। ਇਹ ਹੁਣ ਸਤੰਬਰ ਦਾ ਮਹੀਨਾ ਜਿਹੜਾ ਆ ਗਿਆ ਆ, ਅਤੇ ਇਹਨੂੰ ਵੀ ਇੱਧਰ ਦੇਖੋ ਇਸੇ ਤਰ੍ਹਾਂ ਹੀ ਲੱਗੇ ਹੋਏ ਨੇ। ਇਹ ਦੋ ਬੂਟਿਆਂ ਨੂੰ ਦੂਜੀ ਵਾਰੀ ਫਲ ਲੱਗਾ ਹੁਣ, ਮਤਲਬ ਕਿ ਅਤੇ 2.5 ਸਾਲ ਬਾਅਦ ਲੱਗਾ ਸੀਗਾ, ਕਿਉਂਕਿ ਪਹਿਲਾਂ ਜ਼ਿਆਦਾ ਇਹਨਾਂ ਦੀ ਗਰੋਥ ਵਗੈਰਾ ਨਹੀਂ ਸੀ ਹੋਈ, ਅਤੇ ਹੁਣ ਇਹ ਕਾਫੀ ਵੱਡੇ ਹੋ ਚੁੱਕੇ। ਹੁਣ ਤਾਂ ਬੂਟੇ ਬਹੁਤ ਜ਼ਿਆਦਾ ਇਹ ਵੱਡੇ ਹੋ ਗਏ ਆ, ਮਤਲਬ ਲੱਗਦਾ ਹੀ ਨਹੀਂ ਪਪੀਤਿਆਂ ਦੇ ਜਿਹੜੇ ਵੱਡੇ ਵੀ ਬੂਟੇ ਹੁੰਦੇ ਹੋਣਗੇ। ਅਤੇ ਆਹ ਜਿਹੜਾ ਬੂਟਾ ਵਾ ਇਹਨੂੰ ਪਿਛਲੇ ਸਾਲ ਕੋਈ ਫਲ ਨਹੀਂ ਲੱਗਾ, ਮਤਲਬ ਜਿੱਦਾਂ ਬੂਟਾ ਲਗਾਇਆ ਸੀ ਉਸੇ ਤਰ੍ਹਾਂ ਹੀ ਇਹ ਖੜਾ ਰਿਹਾ, ਮਤਲਬ ਇੱਕ ਵੀ ਇਹਨੂੰ ਫਲ ਨਹੀਂ ਲੱਗਾ। ਆਹ ਦੇਖੋ, ਆਹ ਪਿਛਲੇ ਸਾਲ ਦਾ ਲੱਗਾ ਹੋਇਆ ਇੱਦਾਂ, ਮਤਲਬ ਉਂਗਲ ਕੁ ਜਿੰਨੇ ਜਿੰਨੇ ਇਹਨੂੰ ਲੱਗਦੇ ਸੀ, ਜਿੰਨੀ ਕੁ ਆਪਣੀ ਉਂਗਲ ਹੁੰਦੀ ਆ ਉਨੇ ਕੁ, ਅਤੇ ਹੁਣ ਵੀ ਇਹਨੂੰ ਇੱਦਾਂ ਕੁ ਦੇ ਹੀ ਲੱਗੇ ਆ, ਮਤਲਬ ਜ਼ਿਆਦਾ ਵੱਡੇ ਨਹੀਂ ਲੱਗੇ ਪਪੀਤੇ। ਹਾਈਟ ਕੱਦ ਕਾਠ ਇਹਦਾ ਵੀ ਉਨਾ ਹੀ ਆ ਜਿੰਨਾ ਦੂਜੇ ਬੂਟਿਆਂ ਦਾ ਆ, ਪਰ ਦੋ ਨੂੰ ਫਲ ਲੱਗਦਾ ਆ, ਇੱਕ ਬੂਟੇ ਨੂੰ ਨਾਲ ਨਹੀਂ ਲੱਗਦਾ। ਅਤੇ ਤੁਸੀਂ ਦੇਖੋ, ਮੈਂ ਤਾਂ ਆਪਣੀ ਜ਼ਿੰਦਗੀ 'ਚ ਏਡਾ ਵੱਡਾ ਪਪੀਤੇ ਦਾ ਬੂਟਾ ਨਹੀਂ ਦੇਖਿਆ ਕਿ ਜਿਹਦੀ ਕਿ ਹਾਈਟ ਜਿਹੜੀ ਆ ਇੰਨੀ ਜ਼ਿਆਦਾ ਹੋਵੇ। ਤੁਸੀਂ ਦੇਖੋ ਕਿੰਨਾ ਜ਼ਿਆਦਾ ਵੱਡਾ ਆ ਇਹ, ਅਤੇ ਥੋੜ੍ਹੇ ਪੱਤੇ ਹੁਣ ਪੀਲੇ ਹੋ ਰਹੇ ਆ, ਥੋੜ੍ਹਾ ਤੇਲਾ ਵਗੈਰਾ ਇਹਨਾਂ ਨੂੰ ਲੱਗਾ ਹੋਇਆ, ਅਤੇ ਉਹਦੀ ਆਪਾਂ ਸਪਰੇਅ ਵਗੈਰਾ ਕਰਾਂਗੇ। ਅਤੇ ਤੁਸੀਂ ਵੀ ਚਾਹੋ ਤਾਂ ਆਪਣੇ ਘਰ ਦੇ ਵਿੱਚ ਪਪੀਤੇ ਦੇ ਬੂਟੇ ਲਗਾ ਸਕਦੇ ਹੋ, 1-2 ਬਹੁਤ ਆਸਾਨੀ ਦੇ ਨਾਲ ਹੋ ਜਾਂਦੇ, ਜ਼ਿਆਦਾ ਕੇਅਰ ਵਗੈਰਾ ਇਹਨਾਂ ਦੀ ਨਹੀਂ ਹੈਗੀ। ਇੱਕ ਵਾਰੀ ਸਾਲ ਦੇ ਵਿੱਚ ਤੁਸੀਂ ਇਹਨੂੰ ਜਿਹੜਾ ਗੋਬਰ ਦੀ ਖਾਦ ਆ ਉਹ ਪਾ ਦਿਓ, ਅਤੇ ਬਹੁਤ ਹੀ ਆਸਾਨੀ ਦੇ ਨਾਲ ਜਿਹੜੇ ਪਪੀਤੇ ਹੋ ਜਾਂਦੇ ਆ। ਪਰ ਤੁਸੀਂ 2 ਬੂਟੇ ਲਗਾਓ ਇਹਦੇ ਜਦੋਂ ਵੀ ਲਗਾਉਣੇ ਆ, ਸਿੰਗਲ ਬੂਟਾ ਨਾ ਲਗਾਓ ਕਦੇ ਵੀ, ਕਿਉਂਕਿ ਸਿੰਗਲ ਬੂਟੇ ਨੂੰ ਨਹੀਂ ਲੱਗਦੇ ਇਹ, ਜਿੱਥੋਂ ਤੱਕ ਮੈਂ ਦੇਖਿਆ ਆ। ਬਾਕੀ ਜੇ ਕਿਸੇ ਨੂੰ ਪਤਾ ਹੋਵੇ ਜ਼ਿਆਦਾ ਇਹਦੇ ਬਾਰੇ ਤਾਂ ਪਲੀਜ਼ ਕਮੈਂਟ ਕਰਕੇ ਦੱਸਿਓ। ਇਹਦੇ ਨਾਲ ਹੀ ਮੈਂ ਤੁਹਾਨੂੰ ਆਪਣੇ ਗੰਨਿਆਂ ਦੇ ਬੂਟੇ ਦਿਖਾਉਂਦੀ ਹਾਂ। ਇਹ ਦੇਖੋ, ਇਹ ਹੈਗਾ ਅਨਾਰ, ਸਿਰਫ ਇੱਥੇ ਮੈਂ ਨਾ ਮਤਲਬ 2 ਗੰਨੇ ਲਗਾਏ ਸੀ, ਛੋਟੇ ਛੋਟੇ ਟੁਕੜੇ ਜਿੱਦਾਂ ਆਪਾਂ ਕਹਿ ਦਈਏ ਗੰਨਿਆਂ ਦੇ। ਪਿਛਲੇ ਸਾਲ ਆਪਾਂ ਨੂੰ ਥੋੜ੍ਹੇ ਜਿਹੇ ਗੰਨੇ ਮਿਲੇ ਸੀਗੇ, ਅਤੇ ਇਸ ਸਾਲ ਤੁਸੀਂ ਦੇਖੋ ਗੰਨਿਆਂ ਦਾ ਕਿੱਡਾ ਵੱਡਾ ਬੂਝਾ ਆ, ਬੂਝਾ ਹੀ ਸਾਡੇ ਤਾਂ ਪੰਜਾਬ 'ਚ ਕਹਿ ਦਿੰਦੇ ਆ ਕਿ ਹੋ ਗਿਆ ਆ, ਮਤਲਬ ਇਹ ਹੱਥ ਦੇ ਵਿੱਚ ਵੀ ਪੂਰਾ ਨਹੀਂ ਆ ਸਕਦਾ। ਗੰਨੇ ਦੀਆਂ ਪੋਰੀਆਂ ਦੇਖੋ ਕਿੰਨੀਆਂ ਸੋਹਣੀਆਂ ਬਣੀਆਂ ਆ, ਅਤੇ ਮੈਨੂੰ ਉਮੀਦ ਆ ਵੀ ਬਹੁਤ ਵਧੀਆ ਜਿਹੜੇ ਗੰਨੇ ਆ ਉਹ ਇਸ ਵਾਰ ਹੋਣਗੇ। ਕਾਣ ਵਗੈਰਾ ਵੀ ਨਹੀਂ ਪਈ, ਅਤੇ ਕੋਈ ਆਪਾਂ ਇਹਨੂੰ ਕੈਮੀਕਲ ਜਿਹੜਾ ਆ ਉਹ ਨਹੀਂ ਪਾਇਆ, ਅਤੇ ਕੋਈ ਖਾਦ ਵੀ ਮੈਂ ਨਹੀਂ ਪਾਈ ਇਹਨਾਂ ਬੂਟਿਆਂ ਨੂੰ, ਕਿਉਂਕਿ ਆਪਾਂ ਘਰ ਵਰਤਨੇ ਆ, ਅਤੇ ਬੱਚਿਆਂ ਨੇ ਮਤਲਬ ਚੂਪਣ ਦੇ ਕੰਮ ਆਉਣੇ ਆ, ਜਾਂ ਕੋਈ ਆਪਾਂ ਇਹਦਾ ਜਿਸ ਤਰ੍ਹਾਂ ਖੀਰ ਵਗੈਰਾ ਬਣਾ ਲਈਦੀ ਆ, ਜੂਸ ਵਗੈਰਾ ਕਢਵਾ ਕੇ, ਅਤੇ ਗੰਨੇ ਵੀ ਤੁਸੀਂ ਲਗਾ ਸਕਦੇ ਹੋ। ਅਤੇ ਚਾਹੋ ਤਾਂ ਤੁਸੀਂ ਵੱਡੇ ਗਮਲੇ ਦੇ ਵਿੱਚ ਵੀ ਇਹਨੂੰ ਲਗਾ ਲਓ। ਇੱਧਰ ਇੱਕ ਵਾ ਗੰਨੇ ਦਾ ਬਹੁਤ ਜ਼ਿਆਦਾ ਵਰਾਇਟੀਆਂ ਮੈਂ ਲਗਾਈਆਂ ਹੋਈਆਂ, ਲਗਭਗ ਮੇਰੇ ਕੋਲ 6-7 ਵਰਾਇਟੀਆਂ ਦੇ ਕਰੀਬ ਕਰੀਬ ਜਿਹੜੇ ਆ ਉਹ ਗੰਨੇ ਆ। ਇੱਧਰ ਵੀ ਇਹ ਦੇਖੋ, ਇਹ ਵੀ ਸੇਮ ਵਰਾਇਟੀ ਦੇ ਗੰਨੇ ਆ, ਅਤੇ ਉੱਧਰਲੀ ਸਾਈਡ ਵੀ ਗੰਨੇ ਮੈਂ ਤੁਹਾਨੂੰ ਦਿਖਾਉਣੇ ਸੀ, ਲੇਕਿਨ ਉੱਥੇ ਘਾਹ ਜਿਹੜਾ ਬਹੁਤ ਜ਼ਿਆਦਾ ਆ, ਅਤੇ ਮੈਂ ਤੁਹਾਨੂੰ ਫਿਰ ਕਿਸੇ ਦਿਨ ਦਿਖਾਊਂਗੀ। ਇੱਕ ਆਪਣੇ ਇੱਧਰਲੀ ਸਾਈਡ ਵੀ ਦੇਖੋ ਗੰਨੇ ਹੀ ਲੱਗੇ ਹੋਏ ਨੇ, ਅਤੇ ਆਪਣੀਆਂ ਵਿੱਚ ਕੱਦੂ ਦੀਆਂ ਵੇਲਾਂ ਲੱਗੀਆਂ ਹੋਈਆਂ, ਇਸ ਤਰ੍ਹਾਂ ਕੱਦੂ ਦੇਖੋ ਲੱਗੇ ਹੋਏ ਨੇ ਛੋਟੇ ਛੋਟੇ। ਇਹ ਵੈਸੇ ਹੈਗਾ ਆ ਬੂਟਾ ਆੜੂ ਦਾ। ਇਹ ਵੀ ਦੇਖੋ, ਇਹ ਵੀ ਸੇਮ ਵਰਾਇਟੀ ਦੇ ਗੰਨੇ ਨੇ,
ਨਾਲ ਹੀ ਇਹਦੇ ਉੱਤੇ ਜਿਹੜੀਆਂ ਫਲੀਆਂ ਆ, ਫਲੀਆਂ ਦੀਆਂ ਜਿਹੜੀਆਂ ਵੇਲਾਂ ਆ ਉਹ ਵੀ ਗੰਨਿਆਂ ਦੇ ਉੱਤੇ ਚੜ ਗਈਆਂ। ਪਰ ਗੰਨਿਆਂ ਦੀ ਹਾਈਟ ਮੇਰੇ ਹਿਸਾਬ ਦੇ ਨਾਲ ਘੱਟੋ ਘੱਟ ਨਹੀਂ ਅਤੇ 14-15 ਫੁੱਟ ਦੇ ਕਰੀਬ ਆਰਾਮ ਦੇ ਨਾਲ ਹੀ ਹੋਏਗੀ। 5.5 ਫੁੱਟ ਤਾਂ ਮੇਰੀ ਹਾਈਟ ਹੀ ਆ ਅਤੇ ਮੈਂ ਤਾਂ ਇਹਨਾਂ ਦੇ ਤੀਜੇ ਹਿੱਸੇ 'ਚ ਹੀ ਰਹਿ ਜਾਂਦੀ ਹਾਂ ਥੱਲੇ ਹੀ। ਅਤੇ ਬਹੁਤ ਜ਼ਿਆਦਾ ਹਾਈਟ ਮਤਲਬ ਕਿ ਗੰਨਿਆਂ ਦੀ ਹੋਈ ਆ, ਪਤਾ ਨਹੀਂ ਕਿਹੜੀ ਵਰਾਇਟੀ ਹੋਊਗੀ, ਮੈਨੂੰ ਨਾਮ ਵਗੈਰਾ ਨਹੀਂ ਪਤਾ। ਪਰ ਆਹ ਗੰਨੇ ਤਾਂ ਮੈਂ ਤੁਹਾਨੂੰ ਦਿਖਾ ਦਿੱਤੇ ਆ, ਜਿਹੜੇ ਉੱਧਰਲੀ ਸਾਈਡ ਆ ਗੰਨੇ ਉਹ ਮੈਂ ਤੁਹਾਨੂੰ ਫਿਰ ਕਿਸੇ ਦਿਨ ਦਿਖਾਊਂਗੀ, ਕਿ ਉਹਦੀ ਜਿਹੜੀ ਗੰਨੇ ਦੀ ਪੋਰ ਆ ਨਾ ਉਹ ਬਹੁਤ ਜ਼ਿਆਦਾ ਲੰਬੀ ਆ, ਮਤਲਬ ਕਿ 12-12, 14-14 ਇੰਚੀ ਦੇ ਕਰੀਬ ਜਿਹੜੀ ਗੰਨਿਆਂ ਦੀ ਪੋਰ ਆ। ਇਹਦੇ ਨਾਲ ਹੀ ਇੱਧਰ ਆਪਣੇ ਆੜੂ ਦਾ ਬੂਟਾ ਲੱਗਾ ਹੋਇਆ ਆ। ਅਤੇ ਇੱਕ ਮੈਂ ਤੁਹਾਨੂੰ ਬਹੁਤ ਜ਼ਿਆਦਾ ਜਿਹੜੀ ਪੁਰਾਣੀ ਨਿੰਬੂ ਦੀ ਵਰਾਇਟੀ ਦਿਖਾਉਂਦੀ ਹਾਂ, ਜਿਹਨੂੰ ਕਿ ਲੱਗੇ ਨੂੰ 50 ਸਾਲ ਦੇ ਕਰੀਬ ਸਾਡੇ ਘਰ ਵਿੱਚ ਹੋ ਚੁੱਕੇ ਆ, ਪਰ ਮੈਂ ਉਹਨੂੰ ਹੁਣ ਲਗਾਇਆ ਵਾ ਉਹਨੂੰ, ਮਤਲਬ ਕਿ ਜਿਸ ਤਰ੍ਹਾਂ 50 ਸਾਲ ਬੂਟਾ ਸਾਡੇ ਘਰ ਆ, ਬੂਟਾ ਮੇਰੇ ਦਾਦੀ ਦਾ ਲਗਾਇਆ ਹੋਇਆ ਵਾ ਪੇਕਿਆਂ ਮੇਰਿਆਂ ਦੇ, ਅਤੇ ਉੱਥੋਂ ਮੈਂ ਇਹਦੀ ਮਤਲਬ ਕਿ ਦਾਬ ਦੱਬ ਕੇ ਆਈ ਸੀ ਥੱਲੇ, ਇੱਕ ਟਾਹਣੀ ਜਿਹੜੀ ਆ ਉਹ ਮੈਂ ਥੱਲੇ ਦੱਬਿਆ ਸੀ ਮਿੱਟੀ ਦੇ ਵਿੱਚ, ਅਤੇ ਉਸ ਤੋਂ ਜਿਹੜਾ ਇਹ ਨਿੰਬੂ ਤਿਆਰ ਹੋ ਗਿਆ। 50 ਸਾਲ ਪੁਰਾਣਾ ਹੀ ਮਤਲਬ ਇਹ ਵਰਾਇਟੀ ਆ ਨਿੰਬੂ ਦੀ, ਇਹਨੂੰ ਦੇਸੀ ਨਿੰਬੂ ਆ ਜਿਸ ਤੱਕ ਮੈਨੂੰ ਪਤਾ ਆ। ਬਸ ਏਡਾ ਕੁ ਸਾਈਜ਼ ਹੀ ਇਹਨਾਂ ਦਾ ਰਹਿੰਦਾ ਆ, ਥੋੜ੍ਹੇ ਕੁਛ ਵੱਡੇ ਹੋ ਜਾਂਦੇ ਆ, ਪਰ ਇਹਦੇ ਵਿੱਚ ਜੂਸ ਇੰਨਾ ਜ਼ਿਆਦਾ ਆ ਨਾ ਕਿ ਮਤਲਬ ਤੁਸੀਂ ਯਕੀਨ ਨਹੀਂ ਕਰੋਗੇ, ਬਹੁਤ ਜ਼ਿਆਦਾ ਖੱਟਾ ਅਤੇ ਜੂਸ ਬਹੁਤ ਜ਼ਿਆਦਾ ਆ ਇਸ ਨਿੰਬੂ ਦੇ ਵਿੱਚ। ਇਸ ਤਰ੍ਹਾਂ ਦੀ ਵਰਾਇਟੀ ਆ ਇਹ। ਜੇ ਕਿਸੇ ਨੂੰ ਬੂਟਾ ਵਗੈਰਾ ਕੋਈ ਚਾਹੀਦਾ ਹੋਇਆ ਤਾਂ ਤੁਸੀਂ ਦੱਸ ਸਕਦੇ ਹੋ, ਆਪਾਂ ਕੋਰੀਅਰ ਕਰ ਦਾਂਗੇ। ਕੋਸ਼ਿਸ਼ ਕਰਾਂਗੇ ਕਿ ਇਹ ਤੋਂ ਅੱਗੇ ਆਪਾਂ ਹੁਣ ਬੂਟੇ ਹੋਰ ਜਿਹੜੇ ਉਹ ਆਪ ਤਿਆਰ ਕਰ ਸਕੀਏ। ਅਤੇ ਇਹਦੇ ਨਾਲ ਹੀ ਇੱਕ ਇਹ ਨਿੰਬੂ ਦਾ ਹੋਰ ਬੂਟਾ ਲੱਗਾ ਆ, ਇਹ ਵਰਾਇਟੀ ਦਾ ਮੈਨੂੰ ਨਾਮ ਨਹੀਂ ਪਤਾ, ਇਹਦੇ ਇਸ ਤਰ੍ਹਾਂ ਛੋਟੇ ਛੋਟੇ ਪੱਤੇ ਆ। ਇਹ 3 ਬੂਟੇ ਮੈਂ ਲਗਾਏ ਹੋਏ ਇੱਕ ਸਾਥ ਹੀ। ਅਤੇ ਆਹ ਤਾਂ 28 ਸੀਡਲੈਸ ਨਿੰਬੂ ਆ ਮੇਰੇ ਹਿਸਾਬ ਦੇ ਨਾਲ, ਜਿੱਥੋਂ ਤਾਈਂ ਮੈਨੂੰ ਲੱਗ ਰਿਹਾ ਆ, ਪਰ ਬਾਕੀ ਬਹੁਤਾ ਜ਼ਿਆਦਾ ਕਿਉਂਕਿ ਨਿੰਬੂਆਂ ਬਾਰੇ ਇੰਨਾ ਨਹੀਂ ਪਤਾ ਲੱਗਦਾ ਵਰਾਇਟੀ ਦਾ। ਜਦੋਂ ਨਿੰਬੂ ਵੱਡਾ ਥੋੜ੍ਹਾ ਹੁੰਦਾ ਫਿਰ ਹੀ ਥੋੜ੍ਹਾ ਉਹਦੀ ਜਿਹੜੀ ਪਹਿਚਾਣ ਆ ਉਹ ਆਉਂਦੀ ਆ। ਇਹ 3 ਮੈਂ ਇਕੱਠੇ ਹੀ ਲਗਾਏ ਹੋਏ ਆ, ਕਿ ਕਦੀ ਕਿਸੇ ਨੂੰ ਜ਼ਿਆਦਾ ਜਗ੍ਹਾ ਵੇਸਟ ਨਹੀਂ ਹੁੰਦੀ, ਕਿਉਂਕਿ ਆਪਾਂ ਕਿਹੜਾ ਇਹ ਸੇਲ ਕਰਨੇ ਆ, ਆਪਾਂ ਘਰ ਵਾਸਤੇ ਲਗਾਏ ਹੋਏ ਆ। ਕਦੀ ਕਿਸੇ ਨੂੰ ਨਿੰਬੂ ਲੱਗਦੇ ਰਹਿੰਦੇ ਆ ਅਤੇ ਕਦੀ ਦੂਜੇ ਬੂਟੇ ਨੂੰ ਨਿੰਬੂ ਲੱਗੇ ਆਉਂਦੇ ਆ। ਇਸ ਤਰ੍ਹਾਂ ਮਿਕਸ ਲਗਾਉਣ ਦਾ ਫਾਇਦਾ ਇਹ ਆ, ਕਿਉਂਕਿ ਆਪਾਂ ਛੋਟੇ ਛੋਟੇ ਬੂਟੇ ਰੱਖਣੇ ਆ ਅਤੇ ਖਾਣ ਵਾਸਤੇ ਹੀ ਆਪਾਂ ਲਗਾਏ ਹੋਏ ਆ। ਪਾਣੀ ਵਗੈਰਾ ਬਣਾ ਲਈਦਾ, ਨਿੰਬੂ ਪਾਣੀ ਜਾਂ ਅਚਾਰ ਵਗੈਰਾ ਥੋੜ੍ਹਾ ਬਣਾ ਲਈਦਾ ਆ। ਅਤੇ ਇਹਦਾ ਮੈਂ ਅਚਾਰ ਵੀ ਬਣਾਇਆ ਵਾਂ, ਪਰ ਮੈਂ ਅਚਾਰ ਦੀ ਵੀਡੀਓ ਨਹੀਂ ਬਣਾਈ, ਤੁਹਾਨੂੰ ਮੈਂ ਜਾ ਕੇ ਅਚਾਰ ਜਿਹੜਾ ਆ ਉਹ ਵੀ ਦਿਖਾਉਂਦੀ ਹਾਂ, ਜਿਹੜਾ ਮੈਂ ਇਹਨਾਂ ਨਿੰਬੂਆਂ ਦਾ ਬਣਾਇਆ। ਬਹੁਤ ਵਧੀਆ ਜਿਹੜਾ ਅਚਾਰ ਆ ਇਸ ਨਿੰਬੂ ਦਾ ਬਣਦਾ ਆ, ਤੁਸੀਂ ਕਮੈਂਟ ਕਰਕੇ ਦੱਸਿਓ, ਫਿਰ ਮੈਂ ਤੁਹਾਨੂੰ ਅਚਾਰ ਦੀ ਜਿਹੜੀ ਰੈਸਪੀ ਆ ਉਹ ਵੀ ਸ਼ੇਅਰ ਕਰ ਦੂੰਗੀ, ਇੱਕ ਅਲੱਗ ਤਰ੍ਹਾਂ ਦੇ ਨਾਲ ਆਪਾਂ ਅਚਾਰ ਬਣਾਈਦਾ, ਅਤੇ ਉਹ ਵੀ ਆਪਾਂ ਤੁਹਾਨੂੰ ਜਿਹੜੀ ਵੀਡੀਓ ਆ ਪਾ ਦਾਂਗੇ। ਹੁਣ ਮੈਂ ਤੁਹਾਨੂੰ ਆਪਣੇ ਜਿਹੜੇ ਬਲੈਕ ਗੰਨੇ ਲੱਗੇ ਹੋਏ ਉਹ ਦਿਖਾਉਂਦੀ ਹਾਂ। ਇਹ ਦੇਖੋ ਤੁਸੀਂ, ਇਹ ਮੈਂ ਜਿਨ੍ਹਾਂ ਕੋਲੋਂ ਗੰਨੇ ਲਏ ਸੀਗੇ, ਇਹ ਵਾਲਾ ਸੀਡ ਲਿਆ ਸੀ, ਉਹ ਕਹਿੰਦੇ ਸੀ ਵੀ ਇੰਨਾ ਜ਼ਿਆਦਾ ਸੌਫਟ ਗੰਨਾ ਹੁੰਦਾ ਵੀ ਤੁਸੀਂ ਇਹਨੂੰ ਹੱਥ ਦੇ ਨਾਲ ਵੀ ਜਿਹੜਾ ਉਹ ਛਿੱਲ ਸਕਦੇ ਹੋ, ਮਤਲਬ ਬਹੁਤ ਜ਼ਿਆਦਾ ਇਹ ਕੂਲਾ ਹੁੰਦਾ ਆ ਗੰਨਾ। ਅਤੇ ਆਪਾਂ ਤਾਂ ਹਜੇ ਤਾਈਂ ਇਹਦਾ ਟੇਸਟ ਨਹੀਂ ਕੀਤਾ, ਕਿਉਂਕਿ ਮੈਂ ਪਹਿਲੀ ਵਾਰੀ ਲਗਾਏ ਆ ਅਤੇ ਮੈਂ ਥੋੜ੍ਹਾ ਇਹਨਾਂ ਨੂੰ ਵੱਡਾ ਕਰ ਰਹੀ ਹਾਂ ਤਾਂ ਕਿ ਇਹਦਾ ਜਿਹੜਾ ਬੀਜ ਆ ਮੈਂ ਅੱਗੇ ਤਿਆਰ ਕਰ ਸਕਾਂ। ਪਰ ਮੈਨੂੰ ਜਿੱਥੋਂ ਤੱਕ ਲੱਗਦਾ ਵੀ ਆਪਣੇ ਪੰਜਾਬ ਦੇ ਮੌਸਮ ਦੇ ਵਿੱਚ ਇਹ ਬਹੁਤ ਜ਼ਿਆਦਾ ਕੋਈ ਸਫਲ ਗੰਨਾ ਨਹੀਂ ਹੈਗਾ, ਕਿਉਂਕਿ ਮੈਂ 4 ਬੂਟੇ ਲਗਾਏ ਸੀ, 4 ਬੂਟਿਆਂ ਦੇ ਵਿੱਚੋਂ ਸਿਰਫ 2 ਗੰਨਿਆਂ ਨੂੰ ਹੀ, ਇੱਕ ਬੂਟੇ ਬੂਝੇ ਨੂੰ ਮਤਲਬ ਕਿ 2 ਗੰਨੇ ਲੱਗੇ ਆ, ਅਤੇ ਤੀਜਾ ਇਹ ਛੋਟਾ ਜਿਹਾ, ਅਤੇ ਇਹ ਚੌਥੇ ਨੂੰ ਤਾਂ ਗੰਨੇ ਬਣੇ ਹੀ ਨਹੀਂ ਹੈਗੇ, ਕਿਉਂਕਿ ਆਪਣਾ ਜਿਹੜਾ ਮੌਸਮ ਆ ਉਹ ਇਸ ਗੰਨੇ ਵਾਸਤੇ ਪੂਰਾ ਮੈਨੂੰ ਲੱਗਦਾ ਵੀ ਸਹੀ ਨਹੀਂ ਹੈਗਾ। ਅਤੇ ਬਾਕੀ ਅਗਲੀ ਵਾਰੀ ਆਪਾਂ ਜ਼ਿਆਦਾ ਗੰਨੇ ਲਗਾ ਕੇ ਦੇਖਾਂਗੇ, ਅਤੇ ਫਿਰ ਦੇਖਦੇ ਹਾਂ ਵੀ ਇਹ ਮਤਲਬ ਇਹਦਾ ਟੇਸਟ ਵਗੈਰਾ ਕਿਸ ਤਰ੍ਹਾਂ ਦਾ ਹੁੰਦਾ ਆ। ਪਰ ਇਹ ਜਿੱਦਾਂ ਜਿੱਦਾਂ ਵੱਡਾ ਹੋਈ ਜਾਂਦਾ ਗੰਨਾ, ਉੱਦਾਂ ਉੱਦਾਂ ਇਹਦਾ ਜਿਹੜਾ ਰੰਗ ਆ ਉਹ ਬਹੁਤ ਜ਼ਿਆਦਾ ਪਰਪਲ ਕਲਰ ਹੋਈ ਜਾਂਦਾ, ਮਤਲਬ ਪਰਪਲ ਕਲਰ ਆ ਇਹਦਾ, ਕਾਲਾ ਨਹੀਂ ਕਹਿ ਸਕਦੇ ਆਪਾਂ ਪਿਓਰ।
ਇਹ ਆਪਾਂ ਅਚਾਰ ਪਾਇਆ ਜੀ, ਜਿਹੜੇ ਆਪਾਂ ਤੁਹਾਨੂੰ ਪਿੱਛੇ ਦੇਸੀ ਵਰਾਇਟੀ ਦਿਖਾ ਕੇ ਆਏ ਹਾਂ ਨਿੰਬੂਆਂ ਦੀ, ਅਤੇ ਤੁਸੀਂ ਦੇਖ ਸਕਦੇ ਹੋ ਅਚਾਰ ਦਾ ਕਲਰ ਬਹੁਤ ਵਧੀਆ ਜਿਹੜਾ ਆਉਂਦਾ ਆ ਇਹਨਾਂ ਨਿੰਬੂਆਂ ਦਾ। ਜੇ ਤੁਸੀਂ ਅਚਾਰ ਦੀ ਰੈਸਪੀ ਦੇਖਣੀ ਚਾਹੁੰਦੇ ਹੋ ਤਾਂ ਪਲੀਜ਼ ਕਮੈਂਟ ਕਰਕੇ ਦੱਸਿਓ। ਅਚਾਰ ਦਾ ਕਲਰ ਟੇਸਟ ਵੀ ਬਹੁਤ ਜ਼ਿਆਦਾ ਵਧੀਆ ਹੁੰਦਾ ਦੇਸੀ ਨਿੰਬੂ ਦਾ। ਅਤੇ ਚਾਹੋ ਤਾਂ ਤੁਸੀਂ ਇਹ ਵੀ ਬੂਟਾ ਜਿਹੜਾ ਨਿੰਬੂ ਦੀ ਵਰਾਇਟੀ ਆ ਉਹ ਲਗਾ ਸਕਦੇ ਹੋ। ਤੁਸੀਂ ਅਚਾਰ ਦਾ ਦੇਖੋ ਰੰਗ ਕਿੰਨਾ ਸੋਹਣਾ ਬਣਿਆ ਵਾ। ਜੇ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰੋ, ਕਮੈਂਟ ਕਰੋ, ਚੈਨਲ ਸਬਸਕ੍ਰਾਈਬ ਕਰਕੇ ਜ਼ਰੂਰ ਰੱਖੋ। ਤੁਸੀਂ ਆਪਣਾ ਕੀਮਤੀ ਸਮੇਂ ਮੈਨੂੰ ਦਿੱਤਾ, ਮੇਰੀ ਵੀਡੀਓ ਵੇਖੀ, ਉਹਦੇ ਵਾਸਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜਿਉਂਦੇ ਵਸਦੇ ਰਹੋ।